ਬਾਈਨਰੀ ਇੰਸਟਰਕਟਰ ਦੇ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਅੱਜ 16 ਅਗਸਤ ਜਿਹੜੇ ਮੋਰਨਿੰਗ ਸ਼ਿਫਟ ਦਾ ਇਗਜ਼ਾਮ ਸੀ ਉਹ ਖਤਮ ਹੋ ਕੇ ਹਟਿਆ, ਸਟੂਡੈਂਟ ਸਾਡੇ ਨਾਲ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਵੀਰੇ, ਇਗਜ਼ਾਮ ਦੇ ਕੇ ਆਇਓ, ਕਿੱਦਾਂ ਦਾ ਰਿਹਾ ਤੁਹਾਡਾ? ਹਾਂਜੀ ਸਰ, ਇਗਜ਼ਾਮ ਬਹੁਤ ਵਧੀਆ ਗਿਆ ਸਾਡਾ ਅੱਜ। ਮਤਲਬ ਜਨਰਲ ਕਰੰਟ ਅਫੇਅਰਸ ਜ਼ਿਆਦਾ ਸੀਗੇ ਅਤੇ ਕੁਆਂਟ ਵਗੈਰਾ ਅਤੇ ਰੀਜਨਿੰਗ ਵਗੈਰਾ ਬਹੁਤ ਈਜ਼ੀ ਸੀਗੀ। ਮਤਲਬ ਕਾਫੀ, ਮਤਲਬ ਜੇ ਦੇਖਿਆ ਜਾਵੇ ਤਾਂ ਮਤਲਬ ਅਰਾਊਂਡ 80 ਦੇ ਕੱਟ ਆਫ 'ਤੇ ਜਾਏਗੀ, 80 ਦੇ ਉੱਤੇ ਜਾਏਗੀ। ਠੀਕ ਸੀਗਾ ਪੇਪਰ, ਪੇਪਰ ਸੌਖਾ ਸੀਗਾ ਅਤੇ ਕੱਟ ਆਫ ਓਬਵੀਅਸ ਆਈ ਜਾਊਗੀ। ਠੀਕ ਹੈ। ਜੀ ਐੱਸ ਦੇ ਵਿੱਚੋਂ ਪੋਲਿਟੀ ਦੇ ਕਿੰਨੇ ਕੁ ਸਵਾਲ ਆਏ? ਪੋਲਿਟੀ ਦੇ ਆਰਟੀਕਲ ਦਾ ਪੁੱਛਿਆ ਗਿਆ ਸੀਗਾ, ਦੂਜਾ ਕੀ ਕਹਿੰਦੇ ਹਨ, ਫੰਡਾਮੈਂਟਲ ਰਾਈਟ ਚੋਂ ਜਾਂ ਫੰਡਾਮੈਂਟਲ ਰਾਈਟ ਡਿਊਟਸ ਦੇ ਆਰਟੀਕਲ ਦੇ ਆਏ ਸੀਗੇ ਕੁਸ਼ਚਨ। ਡੀਪੀਐਸਪੀ ਦੇ ਵਿੱਚੋਂ ਸਵਾਲ, ਡੀਪੀਐਸਪੀ ਦੇ ਵਿੱਚ ਆਇਆ ਸੀਗਾ ਕਿ ਕਿਹੜੇ, ਮਤਲਬ ਕਿਹੜਾ ਇਹਦੇ ਵਿੱਚੋਂ ਨਹੀਂ ਆਉਂਦਾ ਹੈਗਾ, ਪੰਚਾਇਤ ਵਗੈਰਾ ਕਿੱਦਾਂ ਪ੍ਰੋਵੀਜ਼ਨ ਆਉਂਦਾ ਕਿ ਨਹੀਂ ਆਉਂਦਾ, ਉਸਦਾ ਇੱਕ ਦੋ ਸਵਾਲ। ਲੋਕ ਸਭਾ ਜਾਂ ਰਾਜ ਸਭਾ ਨਾਲ ਸੰਬੰਧਿਤ ਕੋਈ ਸਵਾਲ ਹੋਵੇ? ਸਟੇਟ ਅਸੈਂਬਲੀ ਨਾਲ ਆਇਆ ਸੀਗਾ। ਠੀਕ ਹੈ ਜੀ। ਲੋਕ ਸਭਾ ਰਾਜ ਸਭਾ ਨਾਲ ਨਹੀਂ ਸੀ। ਠੀਕ ਹੈ। ਕੋਈ ਹੈ ਨਾ ਰਾਜਪਾਲ ਨਾਲ ਸੰਬੰਧਿਤ ਜਾਂ ਰਾਸ਼ਟਰਪਤੀ ਗਵਰਨਰ ਨਾਲ ਰਿਲੇਟਡ ਸੀਗਾ ਕਿ ਮਤਲਬ ਸਟੇਟ ਵਿੱਚ ਜੇ ਲੈਜਿਸਲੇਟਿਵ ਅਸੈਂਬਲੀ ਡਿਸੋਲਵ ਕਰਨੀ ਹੈ ਦੈਨ ਕੌਣ ਰਿਸਪੋਂਸੀਬਲ ਹੁੰਦਾ ਉਹਦੇ ਲਈ। ਠੀਕ ਹੈ ਜੀ। ਕੋਈ ਅਮੈਂਡਮੈਂਟ ਪੁੱਛੀ ਗਈ ਹੋਵੇ ਪੋਲਿਟੀ ਦੇ ਵਿੱਚ? ਅਮੈਂਡਮੈਂਟ ਨਹੀਂ, ਅਮੈਂਡਮੈਂਟ ਨਹੀਂ। ਠੀਕ ਹੈ ਜੀ। ਕੋਈ ਪੰਚਾਇਤ ਜਾਂ ਨਗਰ ਪਾਲਿਕਾ ਨਾਲ ਸੰਬੰਧਿਤ ਸਵਾਲ ਆਇਆ? ਹਾਂਜੀ, ਪੰਚਾਇਤ ਵਿੱਚ ਮਤਲਬ ਪੰਚਾਇਤ ਦੀ ਅੱਗੇ ਵੰਡ ਕਿੱਦਾਂ ਕੀਤੀ ਜਾਂਦੀ, ਵਾਰਡ ਵਿੱਚ ਵੰਡਿਆ ਜਾਂਦਾ, ਉਹ ਕੁਸ਼ਚਨ ਸੀਗਾ। ਠੀਕ ਹੈ ਬਾਈ ਜੀ। ਕਰੰਟ ਅਫੇਅਰ ਜਿੱਦਾਂ ਤੁਸੀਂ ਨੇ ਕਿਹਾ ਵੀ ਜ਼ਿਆਦਾ ਆਏ ਸੀ, ਕਿਹੜੇ ਈਅਰ ਦੇ ਕਰੰਟ ਅਫੇਅਰ ਜ਼ਿਆਦਾ ਆਏ ਸੀਗੇ? ਸਰ 2022 ਦਾ, 2022 ਦਾ ਕਰੰਟ ਅਫੇਅਰ ਆਏ ਸੀ। ਦੈਨ ਜਿਹੜੇ ਲੇਟੈਸਟ ਸਪੋਰਟਸ ਨਾਲ ਰਿਲੇਟਡ ਆਏ, ਨੀਰਜ ਚੋਪੜਾ ਦੇ ਨਾਲ ਰਿਲੇਟਡ ਆਇਆ। ਠੀਕ ਹੈ। ਦੈਨ ਲਾਸਟ 2020 ਵਿੱਚ ਦੇ ਅਕੋਰਡਿੰਗ 2020 ਟੋਕਿਓ ਓਲੰਪਿਕਸ ਦਾ ਕੁਸ਼ਚਨ ਆਇਆ ਸੀਗਾ। ਠੀਕ ਹੈ ਜੀ। ਸਪੋਰਟਸ ਨਾਲ ਸੰਬੰਧਿਤ ਜਿਹੜੇ ਕਰੰਟ ਅਫੇਅਰ ਸੀਗੇ, 2-3 ਸਵਾਲ ਆਏ। ਹਾਂਜੀ, ਆਏ ਸੀ। ਠੀਕ ਹੈ। ਕੋਈ ਸਕੀਮ ਪੁੱਛੀ ਗਈ ਹੋਵੇ ਹੈ ਨਾ ਸੈਂਟਰ ਦੀ ਇਹਦੇ ਵਿੱਚ? ਹਾਂਜੀ, ਦੂਜੀ ਆਪਣੀ ਹੈਲਥ ਇੰਸ਼ੋਰੈਂਸ ਜਿਹੜੀ ਸੈਂਟਰ ਦੀ ਹੈਗੀ, ਪੰਜਾਬ ਪ੍ਰਧਾਨ ਮੰਤਰੀ ਜੋ। ਠੀਕ ਹੈ ਜੀ। ਹਾਂਜੀ। ਕੋਈ ਹੋਰ ਸਕੀਮ ਯਾਦ ਹੋਵੇ, ਕੋਈ ਪੰਜਾਬ ਦੀ ਸਕੀਮ ਪੁੱਛੀ ਗਈ ਹੋਵੇ, ਸੈਂਟਰ ਦੀ ਕੋਈ ਹੋਰ ਸਟੇਟ ਨਾਲ ਸੰਬੰਧਿਤ ਸਕੀਮ ਆਈ ਗਈ ਹੋਵੇ, ਇੰਡਸਟਰੀ ਬਾਰੇ ਕੋਈ ਸਵਾਲ ਆਇਆ ਹੋਵੇ, ਕੋਈ ਇਕਨੋਮੀ ਸਰਵੇ ਆਇਆ ਹੋਵੇ? ਨਹੀਂ ਸਰ, ਇਹਨਾਂ ਯਾਦ ਨਹੀਂ ਹੁਣ ਪੇਪਰ। ਪੰਜਾਬ ਜੀਕੇ ਦੇ ਵਿੱਚ ਕਿੰਨੇ ਕੁ ਸਵਾਲ ਆਏ? ਪੰਜਾਬ ਜੀਕੇ ਦੇ ਪਹਿਲਾਂ ਤੇ ਹੈਗੀ ਸੀ 3-4 ਦਾ ਸਵਾਲ ਸਵਾਲ ਸੀਗੇ। ਠੀਕ ਹੈ। ਕੋਈ ਸਵਾਲ ਯਾਦ ਹੋਵੇ ਪੰਜਾਬ ਜੀਕੇ ਦਾ? ਸਵਾਲ ਸੀਗਾ ਕਿਲੇ ਬਾਰੇ ਸੀਗਾ, ਕਿਲੇ ਬਾਰੇ ਆਇਆ ਸੀ, ਸ਼ੀਸ਼ ਮਹਿਲ ਬਾਰੇ ਆਇਆ ਸੀਗਾ, ਸ਼ੀਸ਼ ਮਹਿਲ ਕਦੋਂ ਬਣਿਆ? ਠੀਕ ਹੈ। 2011 ਦੀ ਜਨਗਣਨਾ ਨਾਲ ਸੰਬੰਧਿਤ ਕੋਈ ਸਵਾਲ ਆਇਆ ਹੋਵੇ? ਨਹੀਂ, ਜਨਗਣਨਾ ਯਾਦ ਨਹੀਂ। ਨਾ ਫਸਲਾਂ ਬਾਰੇ, ਪੰਜਾਬ ਦੀਆਂ ਬਾਰੇ ਕੋਈ ਸਵਾਲ ਆਇਆ ਹੋਵੇ? ਸੱਭਿਆਚਾਰ ਜਾਂ ਲੋਕ ਧਾਰਾ ਦਾ ਕੋਈ ਸਵਾਲ? ਭੰਗੜੇ ਨਾਲ ਰਿਲੇਟਡ ਆਇਆ ਸੀਗਾ, ਵਿਸਾਖੀ 'ਤੇ ਕਿਹੜਾ ਡਾਂਸ ਫੋਰਮ ਕੀਤੀ ਜਾਂਦੀ ਹੈ? ਠੀਕ ਹੈ ਜੀ। ਕੁਆਂਟ ਦੇ ਵਿੱਚ ਲੈਵਲ ਕਿੱਦਾਂ ਦਾ ਸੀ? ਕੁਆਂਟ ਦਾ ਕਾਫੀ ਈਜ਼ੀ ਸੀਗਾ, ਕਾਫੀ ਈਜ਼ੀ ਸੀਗਾ। ਸਿੰਪਲੀਫਿਕੇਸ਼ਨ ਦੇ ਕਿੰਨੇ ਸਵਾਲ ਸੀਗੇ? ਸਿੰਪਲੀਫਿਕੇਸ਼ਨ ਦੇ ਅਰਾਊਂਡ ਲਾ ਲਓ ਮੋਸਟਲੀ 6 ਸਵਾਲ ਦੇ ਹੋਣਗੇ ਸਿੰਪਲੀਫਿਕੇਸ਼ਨ ਦੇ। ਠੀਕ ਹੈ। ਪ੍ਰੋਫਿਟ ਐਂਡ ਲਾਸ? ਪ੍ਰੋਫਿਟ ਐਂਡ ਲਾਸ ਦੇ 2-3 ਸੀਗੇ। ਠੀਕ ਹੈ। ਸਿੰਪਲ ਇੰਟਰਸਟ? ਸਿੰਪਲ ਇੰਟਰਸਟ ਦੇ ਵੀ ਸੀਗੇ। ਰੇਸ਼ੋ ਐਂਡ ਪ੍ਰਪੋਰਸ਼ਨ? ਰੇਸ਼ੋ ਐਂਡ ਪ੍ਰਪੋਰਸ਼ਨ ਦੇ ਨਹੀਂ ਸੀਗਾ ਮੇਰੇ ਹਿਸਾਬ ਨਾਲ, ਯਾਦ ਨਹੀਂ ਕਰਨਾ। ਕੋਈ ਟਾਈਮ ਐਂਡ ਵਰਕ ਦਾ ਸਵਾਲ ਆਇਆ ਹੋਵੇ? ਹਾਂਜੀ, ਟਾਈਮ ਐਂਡ ਵਰਕ ਦੇ 2 ਸਵਾਲ ਸੀਗੇ। ਠੀਕ ਹੈ ਜੀ। ਡੀ ਆਈ ਦਾ ਲੈਵਲ ਕਿੱਦਾਂ ਦਾ ਸੀਗਾ? ਕਿਹਦਾ? ਡੀ ਆਈ ਦੇ ਵਿੱਚੋਂ ਡਾਟਾ ਇੰਟਰਪ੍ਰੀਟੇਸ਼ਨ ਦੇ ਵਿੱਚੋਂ ਬਾਰ ਗ੍ਰਾਫ ਜਾਂ ਲਾਈਨ ਗ੍ਰਾਫ ਦਾ ਸਵਾਲ ਆਉਂਦਾ? ਹਾਂਜੀ, ਆਇਆ ਸੀਗਾ, ਇੱਕ ਆਇਆ ਸੀਗਾ ਸਵਾਲ, ਕਿੱਦਾਂ ਸੀਗਾ? ਕਾਫੀ ਸਿੰਪਲ ਸੀਗਾ ਕਿ ਮਤਲਬ। ਹਾਂਜੀ। ਰੀਜ਼ਨਿੰਗ ਕਿਵੇਂ ਸੀ? ਟਾਈਮ ਕੰਜ਼ੂਮਿੰਗ ਸੀ ਕਿ ਹੋ ਰਿਹਾ ਸੀ ਸੋਲਵ? ਈਜ਼ੀਲੀ ਸੋਲਵ ਹੋ ਰਹੀ ਸੀ ਜੇ ਪ੍ਰੈਪਰੇਸ਼ਨ ਦੇ ਹਿਸਾਬ ਨਾਲ, ਇਹ ਬਹੁਤ ਸੌਖੀ ਸੀ। ਕੋਡਿੰਗ ਰਿਕੋਡਿੰਗ ਦੇ ਕਿੰਨੇ ਸਵਾਲ ਆਏ? ਕੋਡਿੰਗ ਰਿਕੋਡਿੰਗ ਦੇ ਅਰਾਊਂਡ ਜੇ ਲੈਟਰਸ ਵਾਲੀ ਰਿਕੋਡਿੰਗ ਰਿਕੋਡਿੰਗ ਮਤਲਬ 4 ਕੁ ਸਵਾਲ ਸੀਗੇ। ਠੀਕ ਹੈ ਜੀ। ਸਲੋਗ? ਸਲੋਗਿਜ਼ਮ ਦੇ 2 ਸੀਗੇ। ਠੀਕ ਹੈ। ਬਲੱਡ ਰਿਲੇਸ਼ਨ? ਬਲੱਡ ਰਿਲੇਸ਼ਨ ਦਾ ਸੀਗਾ 1। ਸੀਟਿੰਗ ਅਰੇਂਜਮੈਂਟ ਦੇ ਰੈਂਕਿੰਗ ਆਰਡਰ ਚੋਂ? ਹਾਂਜੀ, ਇਹਦੇ ਵੀ 2-3 ਦੇ ਰਿਲੇਟਡ। ਕੋਈ ਡਾਇਰੈਕਸ਼ਨ ਦਾ ਸਵਾਲ ਆਇਆ ਸੀ? ਹਾਂਜੀ, ਡਾਇਰੈਕਸ਼ਨ ਦਾ ਵੀ ਸਵਾਲ ਆਇਆ ਸੀਗਾ। ਠੀਕ ਹੈ। ਇੰਗਲਿਸ਼ ਦਾ ਲੈਵਲ ਕਿੱਦਾਂ ਦਾ ਸੀਗਾ? ਕਾਫੀ ਸਿੰਪਲ। ਠੀਕ ਹੈ। ਪੰਜਾਬੀ?
ਬਹੁਤ ਹੀ ਸਿੰਪਲ। ਠੀਕ ਹੈ, ਕੰਪਿਊਟਰ ਦਾ ਕੋਈ ਸਵਾਲ ਯਾਦ ਹੋਵੇ, ਜਿਹੜੇ ਪੰਜ ਸਵਾਲ ਆਉਂਦੇ ਨੇ ਐਂਡ ਦੇ ਵਿੱਚ ਕੰਪਿਊਟਰ ਦੇ ਨਾਲ ਰਿਲੇਟਡ ਸਵਾਲ? ਹਾਂਜੀ, ਕੋਈ ਸ਼ਾਰਟਕੱਟ ਕੀ ਪੁੱਛੋ? ਸ਼ਾਰਟਕੱਟ ਕੀ ਹੈਲਪ ਕੀ ਹੈਲਪ ਵਿੱਚ ਐਮ ਐਸ ਐਕਸਲ ਵਿੱਚ ਸ਼ਾਰਟ ਕੀ ਹੈਲਪ ਲਈ ਸ਼ਾਰਟ ਕੀ ਜਿਹੜੀ ਹੁੰਦੀ ਹੈ। ਠੀਕ ਹੈ ਜੀ, ਹੈ ਨਾ, ਈਮੇਲ ਨਾਲ ਸੰਬੰਧਿਤ ਕੋਈ ਸਵਾਲ ਆਇਆ ਹੋਵੇ? ਈਮੇਲ, ਹਾਂਜੀ, ਐਰਰ ਕਿੱਦਾਂ ਪ੍ਰੀਵੈਂਟ ਕੀਤੇ ਜਾ ਸਕਦੇ ਆ, ਈਮੇਲ ਐਡਰੈਸ ਜਿਹੜਾ ਬੁੱਕ ਹੁੰਦੀ ਉਹ ਕਿੱਦਾਂ ਪ੍ਰੀਵੈਂਟ ਕਰਦੀ ਆ। ਠੀਕ ਹੈ, ਕੋਈ ਓਪਰੇਟਿੰਗ ਸਿਸਟਮ ਜਾਂ ਨੈਟਵਰਕ ਨਾਲ ਸੰਬੰਧਿਤ ਕੋਈ ਸਵਾਲ ਆਇਆ ਹੋਵੇ? ਨਹੀਂ। ਠੀਕ ਹੈ, ਠੀਕ ਹੈ, ਸ਼ੁਕਰੀਆ ਬਾਈ ਤੁਹਾਡਾ ਬਹੁਤ ਬਹੁਤ। ਹਾਂਜੀ ਬਾਈ ਜੀ, ਐਗਜ਼ਾਮ ਦੇ ਕੇ ਆਇਓ, ਕਿੱਦਾਂ ਦਾ ਰਿਹਾ ਤੁਹਾਡਾ ਐਗਜ਼ਾਮ? ਐਗਜ਼ਾਮਸ ਤਾਂ ਬਹੁਤ ਵਧੀਆ ਸੀਗਾ, ਪਹਿਲਾਂ ਅਸੀਂ ਜੀਕੇ ਦੇ ਸਟਾਰਟਿੰਗ ਕੀਤੀ, ਜੀਕੇ ਬਹੁਤ ਹੀ ਜ਼ਿਆਦਾ ਡਿਫੀਕਲਟ ਆਈ ਸੀਗੀ, ਅਸੀਂ ਵੀ ਜੀਕੇ ਛੱਡਤੀ। ਮੈਥ ਸਟਾਰਟਿੰਗ ਕੀਤੀ, ਮੈਥ ਬਹੁਤ ਹੀ ਈਜ਼ੀ ਸੀਗੀ, ਉਹ ਤੋਂ ਬਾਅਦ ਰੀਜ਼ਨਿੰਗ ਬਹੁਤ ਈਜ਼ੀ ਸੀਗੀ, ਇੰਗਲਿਸ਼ ਤਾਂ ਚਲੋ ਹੈ ਹੀ ਸੌਖੀ, ਇੰਗਲਿਸ਼ ਅਤੇ ਪੰਜਾਬੀ ਤਾਂ ਕਰੇ ਲੈਣੀ ਸੀਗੀ, ਕੰਪਿਊਟਰ ਚਲੋ ਅਸੀਂ ਕੰਪਿਊਟਰ ਕੋਰਸ ਏ ਕਰਦੇ ਹਾਂ, ਬੀ ਐੱਸ ਸੀ ਏ ਆਈ ਦਾ, ਉਹ ਤਾਂ ਈਜ਼ੀਲੀ ਹੋ ਜਾਣੀ ਸੀਗੀ। ਬਸ ਲਾਸਟ ਇਹੀ ਹੈ ਕਹਿਣਾ ਚਾਹੁੰਦਾ ਮੈਂ, ਜੀਕੇ 'ਤੇ ਫੋਕਸ ਕਰਕੇ ਆਓ ਜਿਹਨੇ ਅੱਗੇ ਤੋਂ ਆਉਣਾ ਪੇਪਰ ਦੇਣ। ਜੀਕੇ ਬਹੁਤ ਡਿਫੀਕਲਟ ਆਈ ਸੀਗੀ, 35 ਨੰਬਰ ਦੇ ਤਾਂ ਕੁਛ ਨਹੀਂ ਸੀਗੇ ਜੀਕੇ 'ਤੇ, ਬਹੁਤ ਔਖੀ ਸੀਗੀ ਜੀਕੇ ਤਾਂ। ਹਾਂਜੀ, ਜੀ ਐੱਸ ਦੀ ਆਪਾਂ ਗੱਲ ਕਰਦੇ ਹਾਂ, ਪੋਲਿਟੀ ਦੇ ਕਿੰਨੇ ਕੁ ਸਵਾਲ ਆਏ? ਪੋਲਿਟੀ ਦੇ ਠੀਕ ਹੈ ਸੀ, ਰੀਮਿਕਸ ਸੀ। ਠੀਕ ਹੈ, ਕੋਈ ਫੰਡਾਮੈਂਟਲ ਰਾਈਟ 'ਚੋਂ ਜਾਂ ਡਿਊਟੀ 'ਚੋਂ ਸਵਾਲ ਆਇਆ ਹੋਵੇ? ਉਹਨੇ ਕੌਨਸਟੀਟਿਊਸ਼ਨ 'ਚੋਂ ਖਾਸ ਆਰਟੀਕਲਸ ਪੁੱਛੇ ਵੀ ਸੀ, ਖਾਸਾ ਕੁਝ ਪੁੱਛਿਆ। ਕੋਈ ਆਰਟੀਕਲ ਯਾਦ ਹੋਵੇ? ਕਰੰਟ ਅਫੇਅਰ ਕਿਹੜੇ ਈਅਰ ਦੇ ਪੁੱਛੇ ਹੋਏ ਸੀਗੇ? ਜਿੱਦਾਂ 2022 ਦੇ ਕਹਿ ਰਹੇ ਨੇ ਸਟੂਡੈਂਟ, 2021 ਦੇ, 2021 ਦੇ, 2020 ਦੇ, 20 ਦੇ ਵੀ ਆਏ ਸੀ, 2015 ਦੇ ਸੀਗੇ ਦੋ ਸਵਾਲ। ਠੀਕ ਹੈ, ਹਾਂਜੀ ਹਾਂਜੀ, ਪੰਜਾਬ ਜੀਕੇ ਦਾ ਕੋਈ ਸਵਾਲ ਆਇਆ ਹੋਵੇ, ਕੋਈ ਕਿਲੇ ਨਾਮ ਬਾਰੇ ਪੁੱਛਿਆ ਗਿਆ ਹੋਵੇ? ਸ਼ੀਸ਼ ਮਹਿਲ ਪਟਿਆਲੇ ਬਾਰੇ ਪੁੱਛਿਆ ਸੀਗਾ ਵੀ ਕਦੋਂ ਬਣਵਾਇਆ ਸੀਗਾ ਇਹ? ਠੀਕ ਹੈ, ਕੋਈ ਹੋਰ ਸਵਾਲ ਹੋਵੇ ਪੰਜਾਬ ਜੀਕੇ ਦਾ, ਕੋਈ ਭੰਗਣਾ ਕਿਸੇ ਭੰਗੜੇ ਬਾਰੇ, ਨਾਚ ਬਾਰੇ ਉਹ ਪੁੱਛਿਆ ਸੀਗਾ ਉਹਨਾਂ ਨੇ ਵੀ ਲੋਹੜੀ ਕਿਹੜੇ ਮਹੀਨੇ 'ਚ ਮਨਾਈ ਜਾਂਦੀ ਹੈ, ਦੇਸੀ ਮਹੀਨੇ 'ਚ? ਹਾਂਜੀ ਹਾਂਜੀ, ਮੇਰੇ ਕੋਲ ਵੀ ਆਏ ਸੀ। ਹਾਂਜੀ, ਅਤੇ ਇੱਕ ਹੋਰ ਸੀਗਾ ਸਵਾਲ, ਆਪਾਂ ਵਿਸਾਖੀ ਨੂੰ ਕਿਹੜਾ ਨਾਚ ਕਰਦੇ ਆ? ਠੀਕ, ਭੰਗੜਾ। ਲੋਹੜੀ ਕਿਹੜੇ ਮਹੀਨੇ 'ਚ, ਹਾਂ ਦੇਸੀ ਮਹੀਨੇ, ਹਾਂ ਕਿਹੜੇ ਮਹੀਨੇ 'ਚ ਮਨਾਈ ਜਾਂਦੀ ਹੈ? ਠੀਕ ਹੈ ਜੀ, ਕੁਆਂਟ ਜਿੱਦਾਂ ਤੁਸੀਂ ਕਿਹਾ ਸਿੰਪਲ ਸੀਗਾ, ਸਿੰਪਲੀਫਿਕੇਸ਼ਨ ਦੇ ਕਿੰਨੇ ਕੁ ਸਵਾਲ ਸੀਗੇ? ਮੈਥ ਵੈਸੇ ਬਹੁਤ ਔਖੀ, ਡਿਫੀਕਲਟ ਵੀ ਸੀਗੇ, ਜੇ ਬੰਦਾ ਕਰਨ ਵਾਲਾ ਹੋਵੇ ਬੰਦਾ ਕਰ ਸਕਦਾ ਸੀਗਾ, ਪਰ ਟਾਈਮ ਜ਼ਰੂਰ ਲੱਗਦਾ ਸੀਗਾ, ਜ਼ਿਆਦਾ ਟਾਈਮ ਬਹੁਤ ਲੱਗਿਆ ਉਹਦੇ ਵਾਸਤੇ। ਠੀਕ ਹੈ, ਮੈਥ ਤਾਂ ਸਾਨੂੰ ਪਹਿਲੀ ਤੋਂ ਲੈ ਕੇ ਉੱਠ ਸਕਦਾ। ਠੀਕ ਹੈ, ਮੈਥ ਵਧੀਆ ਰਿਹਾ ਵੈਸੇ, ਮੈਥ ਕਰਕੇ ਨੰਬਰ ਵਧੀਆ ਆ ਰਹੇ ਆ, ਰੀਜ਼ਨਿੰਗ ਕਰਕੇ ਵਧੀਆ ਆ ਜਾਊਗੇ ਨੰਬਰ। ਠੀਕ ਹੈ, ਹਾਂਜੀ, ਕੰਪਿਊਟਰ ਦਾ ਕੋਈ ਸਵਾਲ ਯਾਦ ਹੋਵੇ ਬਾਈ ਜੀ? ਕੰਪਿਊਟਰ ਦੇ ਫਿਰ ਦੇ ਇੱਕ ਤਾਂ ਸ਼ਾਰਟਕੱਟ ਕੀ ਪੁੱਛਿਆ ਹੋਇਆ ਸੀਗਾ ਉਹਨਾਂ ਨੇ, ਇੱਕ ਐਮ ਐਸ ਵਰਡ ਦੇ ਪੁੱਛਿਆ ਸੀਗਾ ਉਹਨਾਂ ਨੇ ਸ਼ਾਰਟਕੱਟ ਕੀ ਹੋ ਸੀਗਾ ਉਹਦਾ। ਠੀਕ ਹੈ ਜੀ, ਕੋਈ ਈਮੇਲ ਨਾਲ ਸੰਬੰਧਿਤ ਸਵਾਲ ਆਇਆ ਹੋਵੇ? ਨਹੀਂ, ਈਮੇਲ ਦੇ ਸੰਬੰਧ ਵਿੱਚ ਇੱਕ ਆਇਆ ਸੀਗਾ, ਆਪਰੇਟਿੰਗ ਸਿਸਟਮ ਤੋਂ ਸੰਬੰਧਿਤ ਆਇਆ ਹੋਵੇ ਕੋਈ, ਆਪਣੇ ਹੈ ਨਾ ਮੈਮਰੀ ਹਾਇਰਾਰਕੀ 'ਚੋਂ ਆਇਆ ਹੋਵੇ ਸਵਾਲ? ਨਹੀਂ ਨਹੀਂ, ਈਮੇਲ ਦੇ ਥਰੂ ਉਹਦੇ ਵਾਸਤੇ ਤਾਂ ਆਇਆ ਸੀਗਾ ਈਮੇਲ ਵਾਲਾ, ਮੈਮਰੀ ਹਾਇਰਾਰਕੀ ਬਾਰੇ ਕੁਛ ਨਹੀਂ ਆਇਆ। ਠੀਕ ਹੈ, ਠੀਕ ਹੈ, ਸ਼ੁਕਰੀਆ ਬਾਈ ਤੁਹਾਡਾ ਬਹੁਤ ਬਹੁਤ ਜੀ। ਓਕੇ ਬਾਈ ਜੀ। ਹਾਂਜੀ ਵੀਰੇ, ਐਗਜ਼ਾਮ ਦੇ ਕੇ ਆਏ ਹੋ, ਕਿੱਦਾਂ ਦਾ ਰਿਹਾ ਤੁਹਾਡਾ ਐਗਜ਼ਾਮ? ਵਧੀਆ ਰਿਹਾ ਜੀ, ਸੌਖਾ ਹੀ ਪੇਪਰ। ਸੌਖਾ ਹੀ ਸੀਗਾ ਪੇਪਰ। ਜੀ ਐੱਸ ਦੇ ਵਿੱਚੋਂ ਪੋਲਿਟੀ ਦੇ ਕਿੰਨੇ ਕੁ ਸਵਾਲ ਆਏ? ਪੋਲਿਟੀ ਦੇ ਵਿੱਚੋਂ ਵਾਹਵਾ ਸੀਗੇ, ਮਤਲਬ 44 ਨੰਬਰ ਆਰਟੀਕਲ ਸੀ ਇੱਕ ਤਾਂ। ਠੀਕ ਹੈ, ਸਿਵਲ ਕੋਡ ਵਾਲਾ, ਅਤੇ ਇੱਕ ਸੀਗਾ ਮਤਲਬ ਵੀ ਅਮੈਂਡਮੈਂਟ ਸੀਗੀ ਇੱਕ। ਠੀਕ ਹੈ ਜੀ, ਅਤੇ ਵੀ ਇੱਕ ਉਹ ਸੀਗਾ ਵੀ ਕੀ ਸੀ ਉਹਦਾ ਨਾਂ, ਆਹ ਲੋਕ ਸਭਾ ਰਾਜ ਸਭਾ ਬਾਰੇ ਹੋਵੇ ਸਕੂਲ? ਲੋਕ ਸਭਾ ਰਾਜ, 35 ਰਾਜ ਦਾ ਆਇਆ ਸੀਗਾ, 35 ਰਾਜ ਦਾ ਡੈਫੀਨੇਸ਼ਨ ਆਈ ਸੀਗੀ। ਠੀਕ ਹੈ ਜੀ, ਹੈ ਨਾ, ਰਾਸ਼ਟਰਪਤੀ ਜਾਂ ਗਵਰਨਰ ਨਾਲ ਸੰਬੰਧਿਤ ਕੋਈ ਸਵਾਲ ਆਇਆ? ਨਹੀਂ। ਠੀਕ ਹੈ ਜੀ, ਫੰਡਾਮੈਂਟਲ ਰਾਈਟ 'ਚੋਂ ਜਾਂ ਡਿਊਟੀ 'ਚੋਂ? ਡਿਊਟੀ 'ਚ ਪੁੱਛਿਆ ਗਿਆ, ਡਿਊਟੀ 'ਚ ਪੁੱਛਿਆ ਗਿਆ ਵੀ ਕਿਹੜੇ ਆਰਟੀਕਲ ਅਮੈਂਡਮੈਂਟ ਦੇ ਤਹਿਤ ਆ, ਵੀ ਕਿੰਨੇ ਨੰਬਰ ਹੋ ਸੀਗਾ, ਕਿਹੜੇ ਈਅਰ 'ਚ ਸੀ? ਠੀਕ ਹੈ ਜੀ, ਹਾਂ, ਪੰਜਾਬ ਜੀਕੇ ਦੇ ਕਿੰਨੇ ਕੁ ਸਵਾਲ ਆਏ ਬਾਈ ਜੀ? ਪੰਜਾਬ ਜੀਕੇ ਦੇ ਵੀ ਸੀ ਪੇਪਰ ਆ। ਠੀਕ ਹੈ ਜੀ, ਕੋਈ ਸਵਾਲ ਯਾਦ ਪੰਜਾਬ ਜੀ? ਨਹੀਂ, ਇੰਨਾ ਬਦਲ ਹੋਏਗਾ ਥੋੜ੍ਹਾ ਜਿਹਾ। ਠੀਕ ਹੈ, ਅਤੇ ਕਰੰਟ ਅਫੇਅਰ ਕਿੱਦਾਂ ਦਾ ਆਇਆ ਸੀ? ਕਰੰਟ ਅਫੇਅਰ 21-22 ਦੇ ਸੀਗੇ। ਠੀਕ ਹੈ, ਕੋਈ ਸਵਾਲ ਯਾਦ ਹੋਵੇ, ਕੋਈ ਸਕੀਮ ਪੁੱਛ ਗਈ? ਸਕੀਮ ਪੁੱਛੀ ਗਈ ਸੀ ਆਹ ਆਯੁਸ਼ਮਾਨ ਜਿਹੜਾ 5 ਲੱਖ ਦਾ ਕਾਰਡ, ਉਹ 'ਤੇ ਪੁੱਛੀ ਗਈ ਸੀ। ਠੀਕ ਹੈ ਜੀ, ਕੋਈ ਹੋਰ ਹੈ ਨਾ ਸਪੋਰਟਸ ਨਾਲ ਸੰਬੰਧਿਤ ਸਵਾਲ ਆਇਆ ਹੋਵੇ? ਸਪੋਰਟਸ ਨਾਲ ਸੰਬੰਧਿਤ ਨੀਰਜ ਚੋਪੜਾ, ਉਹ ਸੀਗਾ ਕੋਈ ਨੀਰਜ ਚੋਪੜਾ ਦੇ ਨਾਲ ਹੀ ਆਏ ਸੀ ਯਾਰ, ਮੈਨੂੰ ਯਾਦ ਨਹੀਂ ਮੇਰਾ। ਠੀਕ ਹੈ ਜੀ,
ਉਸ ਤੋਂ ਬਾਅਦ ਆਪਾਂ ਕਰਦੇ ਹਾਂ ਕੋਈ ਇਨਵਾਇਰਮੈਂਟ ਦਾ ਕੋਈ ਸਵਾਲ ਆਇਆ ਹੋਵੇ, ਇਨਵਾਇਰਮੈਂਟ ਤਾਂ ਨਹੀਂ ਹੈ, ਕੋਈ ਸਾਇੰਸ ਨਾਲ ਸੰਬੰਧਿਤ ਸਵਾਲ ਆਇਆ ਹੋਵੇ, ਸਾਇੰਸ ਨਾਲ ਵੀ ਨਹੀਂ, ਕੋਈ ਡਿਜ਼ੀਜ਼ ਬਾਰੇ ਪੁੱਛਿਆ ਗਿਆ ਹੋਵੇ, ਹੈ ਨਾ, ਨਹੀਂ ਹੈ, ਠੀਕ ਹੈ ਜੀ, ਮੈਥ ਦਾ ਲੈਵਲ ਕਿੱਦਾਂ ਦਾ ਸੀ? ਮੈਥ ਦਾ ਲੈਵਲ ਵੀ ਠੀਕ ਸੀਗਾ, ਠੀਕ ਸੀ, ਸਿੰਪਲੀਫਿਕੇਸ਼ਨ ਟਾਈਮ ਐਂਡ ਵਰਕ ਦੇ ਕਿੰਨੇ, ਟਾਈਮ ਐਂਡ ਵਰਕ ਦੇ ਆਏ ਸੀ ਤਿੰਨ ਸਵਾਲ, ਸਿੰਪਲੀਫਿਕੇਸ਼ਨ ਦੇ ਆਏ ਸੀਗੇ ਚਾਰ ਪੰਜ, ਠੀਕ ਹੈ ਜੀ, ਪ੍ਰੋਫਿਟ ਐਂਡ ਲੋਸ, ਪ੍ਰੋਫਿਟ ਲੋਸ ਨਹੀਂ ਸੀਗਾ, ਅਤੇ ਐਵਰੇਜ ਰੇਸ਼ੋ, ਐਵਰੇਜ ਸੀਗੇ ਤਿੰਨ ਚਾਰ ਪਰਸੈਂਟੇਜ ਸੀਗੇ ਦੋ ਸਵਾਲ, ਠੀਕ ਹੈ ਜੀ, ਅਤੇ ਡੀ ਆਈ ਦਾ ਜਿਹੜਾ ਬਾਰ ਗ੍ਰਾਫ ਲਾਈਨ ਗ੍ਰਾਫ ਇੱਕ ਆਇਆ ਸੀ, ਉਹਦਾ ਸਿੰਪਲ ਸੀ, ਸਿੰਪਲ ਸੀਗਾ, ਰੀਜਨਿੰਗ ਕਿਵੇਂ ਸੀ, ਟਾਈਮ ਕੰਜ਼ਿਊਮਿੰਗ ਸੀ ਕਿ ਹੋ ਰਹੇ ਸੀ? ਨਹੀਂ ਹੋ ਰਹੇ ਸੀ, ਸੌਖੇ ਸੀਗੇ ਰੀਜਨਿੰਗ ਦੇ ਵੀ, ਸੌਖੇ, ਕੋਡਿੰਗ ਰਿਕੋਡਿੰਗ ਨਹੀਂ ਆ, ਠੀਕ ਹੈ, ਸਲੋਗ ਦੇ ਕਿੰਨੇ ਕੁ ਸਵਾਲ ਸੀਗੇ? ਸਲੋਗ ਦੇ ਵੀ ਦੋ ਸਵਾਲ ਸੀਗੇ, ਠੀਕ ਹੈ ਜੀ, ਬਲੱਡ ਰਿਲੇਸ਼ਨ, ਬਲੱਡ ਰਿਲੇਸ਼ਨ ਦੇ ਵੀ ਦੋ, ਸਿਟਿੰਗ ਅਰੇਂਜਮੈਂਟ ਦੇ ਰੈਂਕਿੰਗ, ਸਿਟਿੰਗ ਅਰੇਂਜਮੈਂਟ ਦੇ, ਸਿਟਿੰਗ ਅਰੇਂਜਮੈਂਟ ਦਾ ਇੱਕ ਸਵਾਲ ਸੀਗਾ, ਠੀਕ ਹੈ, ਅਤੇ ਰੈਂਕਿੰਗ ਦੇ ਦੋ ਸੀਗੇ, ਠੀਕ ਹੈ, ਇੰਗਲਿਸ਼ ਕਿੱਦਾਂ ਦੀ ਸੀ? ਇੰਗਲਿਸ਼ ਤਾਂ ਠੀਕ ਸੀ, ਠੀਕ ਸੀਗੀ, ਪੰਜਾਬੀ, ਪੰਜਾਬੀ ਹੋ, ਕੰਪਿਊਟਰ ਦਾ ਕੋਈ ਸਵਾਲ ਯਾਦ ਹੋ? ਕੰਪਿਊਟਰ ਦਾ ਸੀਗਾ ਮੈਮਰੀ ਤੋਂ ਸੀ, ਇੱਕ ਤਾਂ ਮੈਮਰੀ ਤੋਂ ਸੀ, ਮੈਮਰੀ ਤੋਂ ਸੀਗਾ, ਅਤੇ ਇੱਕ ਉਹ ਸੀਗਾ ਬਾਈ ਮੈਮਰੀ 'ਚ ਜ਼ਿਆਦਾ ਮੇਰੀ ਗੱਲ, ਠੀਕ ਹੈ, ਈਮੇਲ ਨਾਲ ਸੰਬੰਧਿਤ ਕੋਈ ਸਵਾਲ? ਨਹੀਂ, ਈਮੇਲ ਨਾਲ, ਐਮ ਐਸ ਆਫਿਸ ਦੇ ਵਿੱਚੋਂ ਕੋਈ ਸਵਾਲ ਹੋਵੇ, ਵਰਡ, ਹੈ ਨਾ, ਪਾਵਰ ਪੁਆਇੰਟ, ਐਕਸਲ ਦੇ, ਪਾਵਰ ਪੁਆਇੰਟ ਸੀਗਾ, ਠੀਕ ਹੈ, ਠੀਕ ਹੈ, ਸ਼ੁਕਰੀਆ ਬਾਈ ਤੁਹਾਡਾ ਬਹੁਤ ਬਹੁਤ, ਹਾਂਜੀ ਵੀਰੇ, ਐਗਜ਼ਾਮ ਦੇ ਕੇ ਆਇਓ, ਕਿੱਦਾਂ ਦਾ ਰਿਹਾ ਤੁਹਾਡਾ ਐਗਜ਼ਾਮ? ਐਗਜ਼ਾਮ ਵੀਰੇ ਵਧੀਆ ਰਿਹਾ ਜੀ, ਮੋਡਰੇਟ ਲੈਵਲ ਸੀਗਾ ਬਿਲਕੁਲ, ਅਤੇ ਅੱਜ ਆਖਰੀ ਸ਼ਿਫਟ ਸੀਗੀ ਜਿੱਦਾਂ ਕਿ, ਹਾਂ, ਇਹ ਤੋਂ ਬਾਅਦ ਵਾਲੀ ਆਖਰੀ ਹੈ, ਸੈਕਿੰਡ ਲਾਸਟ, ਅੱਛਾ, ਅੱਜ ਤੋਂ ਮਤਲਬ ਅੱਜ ਦਿਨ ਆਖਰੀ, ਮਨ ਕਿ ਆਖਰੀ ਦਿਨ, ਹਾਂਜੀ ਹਾਂਜੀ, ਆਖਰੀ ਚੱਲ ਰਿਹਾ, ਠੀਕ ਹੈ, ਅਤੇ ਬਾਕੀ ਬੀ ਏ ਦੇ ਪਲੇਟਫਾਰਮ ਤੋਂ ਮੈਂ ਤੁਹਾਡੇ ਜਿਹੜਾ 54 ਪਿਛਲੇ ਸਾਲ ਦੇ ਸੀਗੇ ਪੇਪਰ, ਹਾਂਜੀ, ਉਹ ਸਾਰੇ ਮੈਂ ਕੀਤੇ ਸੀਗੇ, ਠੀਕ ਹੈ, ਠੀਕ ਹੈ ਬਾਈ, ਉਹਦੇ ਬਾਅਦ 'ਚੋਂ ਮੈਂ ਜਦੋਂ ਹੁਣ ਪੇਪਰ ਦੇਣ ਆਇਆ ਨਾ, ਹਾਂਜੀ, ਅਤੇ ਜਿਹੜਾ ਮੈਥ ਰੀਜਨ ਸੀਗਾ ਉਹ ਤਾਂ ਬਹੁਤ ਸੌਖਾ ਲੱਗਾ ਜੀ, ਠੀਕ, ਉਹ ਤਾਂ ਫਿਰ ਸਾਰਾ ਤੁਸੀਂ ਕਰ ਹੀ ਲਿਆ ਲੈਵਲ, ਸਾਰਾ ਸਾਰਾ ਬਿਲਕੁਲ, ਇੱਕ ਅੱਧਾ ਕੁਐਸਚਨ ਕੋਈ ਸੀਗਾ ਸਿੰਪਲੀਫਿਕੇਸ਼ਨ ਦਾ, ਕੋਈ ਜ਼ਿਆਦਾ ਹੀ ਲੈਂਥੀ ਉਹ ਰਹਿ ਗਿਆ, ਠੀਕ ਹੈ, ਅਤੇ ਹਾਂਜੀ, ਬਾਕੀ ਤੁਸੀਂ ਮੌਕ ਟੈਸਟ ਲਾਏ ਪੂਰੇ, ਮੌਕ ਸਾਰੇ ਲਾਏ, 54 ਫਾਇਦਾ ਮਿਲਿਆ ਪੂਰਾ ਜੀ, ਦੇਖ ਲਓ, ਸੁਣ ਲਓ ਬਈ, ਮੌਕ ਟੈਸਟ ਦਾ ਪੂਰਾ ਫਾਇਦਾ ਮਿਲਦਾ, ਸਿਰਫ 100 ਰੁਪਏ ਦੇ ਵਿੱਚ, ਠੀਕ, ਹਾਂਜੀ, ਸਿਰਫ 100 ਰੁਪਏ ਦੇ ਵਿੱਚ ਆਪਾਂ ਨਾ ਆਫਰ ਲਾਇਆ ਹੋਇਆ ਸੀਗਾ, ਸਿਰਫ 100 ਰੁਪਏ ਦੇ ਵਿੱਚ 54 ਸ਼ਿਫਟਾਂ, ਇੱਦਾਂ ਦੱਸੋ ਤੁਸੀਂ, ਹੈ ਨਾ, ਜੀ ਐਸ ਦੇ ਪੇਪਰ ਦੇ ਵਿੱਚੋਂ ਕਿੰਨੇ ਕੁ ਸਵਾਲ ਆਏ? ਜੀ ਐਸ ਦੇ ਵਿੱਚੋਂ ਦੇਖੋ, ਜਿਹੜੇ ਪਹਿਲੇ 35 ਕੁਐਸਚਨ ਆਏ ਉਹਨਾਂ ਵਿੱਚੋਂ ਜਿਹੜੀ ਪੋਲੀਟੀ ਸੀਗੀ, ਪੋਲੀਟੀ ਦੇ ਵਿੱਚੋਂ ਮਤਲਬ ਮੈਡਮ ਮਤਲਬ ਕੁਛ ਇੰਨਾ ਜ਼ਿਆਦਾ ਹਾਈ ਲੈਵਲ ਨਹੀਂ ਪੁੱਛਿਆ, ਠੀਕ, ਬਾਕੀ ਸ਼ਾਇਦ ਮੈਂ ਜੇ ਮੌਕ ਟੈਸਟ ਲਾਇਆ ਸ਼ਾਇਦ ਮੈਨੂੰ ਤਾਂ ਲੱਗ ਰਿਹਾ ਸੌਖਾ, ਅਤੇ ਉਹਦੇ ਵਿੱਚ ਪਹਿਲਾਂ ਤਾਂ ਪੁੱਛਿਆ ਹੋਇਆ ਸੀਗਾ ਆਰਟੀਕਲ 17 ਅਨਟੱਚਬਿਲਟੀ, ਹਾਂਜੀ, ਉਹ ਸਿੱਧਾ ਨਹੀਂ ਪੁੱਛਿਆ ਸੀ, ਉਹਨਾਂ ਨੇ ਦੱਸਿਆ ਸੀ ਵੀ ਅਨਟੱਚਬਿਲਟੀ ਕਿਹੜੇ ਆਰਟੀਕਲ ਦੇ ਤਹਿਤ ਸਜ਼ਾ ਦੇ ਸਕਦੇ ਆ, ਹੈ ਨਾ ਜੀ, 17 ਆਉਣਾ ਸੀ ਉਹਦਾ ਆਂਸਰ, ਅਤੇ ਉਹਦੇ ਬਾਅਦ 'ਚੋਂ ਆਪਣਾ ਆਰਟੀਕਲ 76 ਦੱਸਿਆ ਹੋਇਆ ਸੀਗਾ ਅਟੋਰਨੀ ਜਨਰਲ ਦਾ ਹੁੰਦਾ ਆ, ਅਤੇ ਉਹਦੀ ਐਲੀਜੀਬਿਲਟੀ ਪੁੱਛੀ ਹੋਈ ਸੀਗੀ, ਅਤੇ ਉਹਦੇ ਬਾਅਦ 'ਚੋਂ ਪੰਚਾਇਤ ਨਾਲ ਰਿਲੇਟਡ ਪੁੱਛਿਆ ਹੋਇਆ ਸੀ ਵੀ ਜਿਹੜੀਆਂ ਪੰਚਾਇਤਾਂ ਆ ਯੂਟੀ ਦੇ ਵਿੱਚ ਜੇ ਉਹਨਾਂ ਨੇ ਇੰਪਲੀਮੈਂਟ ਕਰਨਾ ਹੋਵੇ ਤਾਂ ਉਹ ਡਿਸੀਜਨ ਕੌਣ ਲੈ ਸਕਦਾ, ਠੀਕ ਹੈ ਬਾਈ ਜੀ, ਅਤੇ ਰਾਜਪਾਲ ਨਾਲ ਸੰਬੰਧਿਤ ਕੋਈ ਸਵਾਲ ਆਇਆ ਹੋਵੇ? ਰਾਜਪਾਲ ਰਾਸ਼ਟਰਪਤੀ ਨਾਲ ਸੰਬੰਧਿਤ, ਗਵਰਨਰ ਨਾਲ, ਸਿਵਲ ਕੋਡ ਬਾਰੇ ਸਵਾਲ ਆਇਆ ਜੀ ਸਟੂਡੈਂਟ ਦਾ? ਹਾਂਜੀ ਹਾਂਜੀ ਆਇਆ ਆਇਆ ਜੀ, ਠੀਕ ਹੈ, 54 ਉਹਨਾਂ ਨੇ 44 ਆਰਟੀਕਲ ਦਿੱਤਾ ਹੋਇਆ ਸੀ, ਪੁੱਛਿਆ ਹੋਇਆ ਸੀ ਕਿਹਦੇ ਨਾਲ ਡੀਲ ਕਰਦਾ, ਠੀਕ ਹੈ, ਪੰਚਾਇਤ ਨਾਲ ਤੁਸੀਂ ਦੱਸਿਆਗਾ, ਹੈ ਨਾ, ਲੋਕ ਸਭਾ ਰਾਜ ਸਭਾ ਬਾਰੇ ਕੋਈ ਸਵਾਲ ਆਇਆ ਹੋਵੇ? ਲੋਕ ਸਭਾ ਰਾਜ ਸਭਾ ਬਾਰੇ ਨਹੀਂ, ਅਮੈਂਡਮੈਂਟ ਪੁੱਛੀ ਗਈ ਹੋਵੇ ਕੋਈ? ਅਮੈਂਡਮੈਂਟ ਵੀ ਨਹੀਂ ਪੁੱਛ, ਅਮੈਂਡਮੈਂਟ ਸਰ ਉਹਨਾਂ ਨੇ ਪੁੱਛਿਆ ਸੀਗਾ ਵੀ ਜਿਹੜੀ ਫੰਡਾਮੈਂਟਲ ਡਿਊਟੀਜ਼ ਆ ਉਹ ਕਿਹੜੇ ਸਾਲ ਦੇ ਵਿੱਚ ਐਡ ਕੀਤੀ ਗਈ ਸੀਗੀ, ਅਤੇ ਉਹਦਾ ਜੀਅਰ ਪੁੱਛਿਆ ਸੀਗਾ, ਠੀਕ ਹੈ, ਕਰੰਟ ਅਫੇਅਰ ਕਿਹੜੇ ਈਅਰ ਦੇ ਜ਼ਿਆਦਾ ਆਏ ਅਤੇ ਕਿਹੜੇ ਕਿਹੜੇ ਸਵਾਲ ਆਏ? ਕਰੰਟ ਅਫੇਅਰ ਦੇ ਵਿੱਚ 2023 ਦੇ 2-3 ਕੁਐਸਚਨ ਆਏ, ਇੱਕ ਕੁਐਸਚਨ 2020 ਦੇ ਓਲੰਪਿਕਸ ਤੋਂ ਆਇਆ, ਉਹਦੇ ਵਿੱਚ ਪੁੱਛਿਆ ਹੋਇਆ ਸੀਗਾ ਵੀ ਜਿਹੜੀ ਕਿਹੜੀ ਲੇਡੀ ਆ ਜਿਹਨੇ ਓਲੰਪਿਕਸ ਦੇ ਵਿੱਚ 2 ਵਾਰੀ ਮੈਡਲ ਜਿੱਤੇ ਆ, ਠੀਕ ਹੈ, ਫਸਟ ਵੂਮੈਨ ਕਿਹੜੀ ਬਣੀ ਆ ਇੰਡੀਅਨ ਜਿਹਨੇ ਓਲੰਪਿਕਸ ਦੇ ਵਿੱਚ 2 ਵਾਰੀ ਮੈਡਲ ਜਿੱਤ ਲਿਆ, ਠੀਕ ਹੈ, ਅਤੇ ਉਸ ਤੋਂ ਬਾਅਦ ਨੀਰਜ ਚੋਪੜਾ ਬਾਰੇ ਪੁੱਛਿਆ ਹੋਇਆ ਸੀ ਉਹਨਾਂ ਨੇ ਰੀਸੈਂਟਲੀ ਕਿਹੜੀ ਮਤਲਬ 2023 ਦੇ ਵਿੱਚ ਕਿਹੜੀ ਆਪਣੇ ਜਿੱਤੀ ਹੈ ਜੀ, ਗੇਮ ਜਿੱਤੀ ਹੈ, ਕਿਹੜੀ ਲੀਗ ਸੀਗਾ, ਠੀਕ ਹੈ, ਕੋਈ ਯੋਜਨਾ ਪੁੱਛੀ ਗਈ ਹੋਵੇ, ਸਕੀਮ ਬਾਰੇ ਸਵਾਲ ਆਉਂਦੇ ਨੇਗੇ ਅਕਸਰ ਹੀ? ਸਕੀਮ ਸਰ ਇੱਕ ਇੰਡੈਕਸ ਆਇਆ ਸੀਗਾ ਉਹਦੇ ਵਿੱਚ ਪੁੱਛਿਆ ਹੋਇਆ ਸੀਗਾ ਵੀ ਪੰਜਾਬ ਦੇ ਵਿੱਚ ਜਿਹੜਾ ਉਹ ਇੰਡੈਕਸ ਆ ਉਹਦੇ ਵਿੱਚ ਕਿੰਨੇ ਪੈਰੀਮੀਟਰ ਲਏ ਗਏ ਸੀਗੇ, ਅਤੇ ਉਹ ਆਪਸ਼ਨ ਸੀਗੀ ਉਹ
ਖੈਰ ਨਹੀਂ ਦੇਖਿਆ ਸੀਗਾ। ਠੀਕ ਹੈ, ਪੰਜਾਬ ਜੀਕੇ ਦੇ ਵਿੱਚੋਂ ਕਿੰਨੇ ਕੁ ਸਵਾਲ ਆਏ? ਪੰਜਾਬ ਜੀਕੇ ਦੇ ਵਿੱਚੋਂ ਇੱਕ ਕੁਐਸਚਨ ਆਇਆ ਸੀਗਾ ਵੀ ਜਿਹੜਾ ਆਪਣਾ ਕਿਲ੍ਹਾ ਗੋਬਿੰਦਗੜ੍ਹ ਜੀ, ਹਾਂਜੀ ਅੰਮ੍ਰਿਤਸਰ ਨਹੀਂ ਪਤਾ ਨਹੀਂ ਸ਼ਾਇਦ ਗੋਬਿੰਦਗੜ੍ਹ ਪਤਾ ਨਹੀਂ ਅੰਮ੍ਰਿਤਸਰ ਦੇ ਵਿੱਚ ਕੋਈ ਫੋਰਟ ਸੀਗਾ ਅਤੇ ਉਹ ਅੰਗਰੇਜ਼ਾਂ ਨੇ ਕਦੋਂ ਮਤਲਬ ਕਿ ਅਨੈਕਸ ਕੀਤਾ ਸੀਗਾ? ਠੀਕ ਹੈ ਜੀ, ਹਾਂਜੀ ਇੱਕ ਇਹ ਕੁਐਸਚਨ ਆਇਆ ਸੀ। ਹੋਰ ਕੋਈ ਸਵਾਲ? ਸ਼ੀਸ਼ ਮਹਿਲ ਬਾਰੇ ਕਹਿ ਰਹੇ ਨੇ ਸਟੂਡੈਂਟ, ਪਟਿਆਲੇ ਬਾਰੇ, ਹਾਂਜੀ ਉਹ ਕਿਹੜੇ ਸਾਲ ਦੇ ਵਿੱਚ ਸਥਾਪਿਤ ਕੀਤਾ ਗਿਆ ਜੀ? ਹਾਂਜੀ ਇਹ ਵਾਲਾ ਆਇਆ ਸੀਗਾ। ਕੋਈ ਹੈ ਨਾ ਸਵਾਲ ਆਇਆ ਹੋਵੇ ਜਨਗਣਨਾ 2011 ਦੇ ਅਕੋਰਡਿੰਗ ਕੋਈ ਸਵਾਲ, ਕੋਈ ਲਿਟਰੇਸੀ ਰੇਟ ਰੇਟ ਪੁੱਛਿਆ ਗਿਆ ਹੋਵੇ, ਹੈ ਨਾ ਸੈਂਸਸ ਕੋਈ ਸਵਾਲ ਨਹੀਂ ਆਇਆ, ਇਨਵਾਇਰਮੈਂਟ ਦਾ ਕੋਈ ਸਵਾਲ ਆਇਆ ਹੋਵੇ? ਇਨਵਾਇਰਮੈਂਟ ਦੇ ਵਿੱਚ ਸਰ ਉਹਨਾਂ ਨੇ ਨਾ ਇਹ ਪੁੱਛਿਆ ਹੋਇਆ ਸੀਗਾ ਜਿਹੜਾ ਫੋਰੈਸਟ ਅਤੇ ਇਨਵਾਇਰਮੈਂਟ ਨਾਲ ਸੰਬੰਧਿਤ ਸੀਗਾ, ਉਹਨਾਂ ਨੇ ਪੁੱਛਿਆ ਸੀ ਕਿਹੜੀ ਮਿਨਿਸਟਰੀ ਡੀਲ ਕਰਦੀ ਆ, ਹੈ ਨਾ ਜੀ, ਉੱਥੇ ਕੋਈ ਇੰਡੈਕਸ ਸ਼ਾਇਦ ਕੁਛ ਇੱਦਾਂ ਦਿੱਤਾ ਹੋਇਆ ਸੀਗਾ ਉਹ ਖੈਰ ਬਹੁਤਾ ਚੇਤਾ ਨਹੀਂ। ਇਕੋਨਮੀ ਸਰਵੇ ਆਇਆ ਹੋਵੇ ਕੋਈ ਇਕੋਨਮੀ ਦੇ ਰਿਲੇਟਡ? ਇਕੋਨਮਿਕ ਸਰਵੇ ਪੰਜਾਬ ਦਾ ਆਇਆ ਸੀਗਾ ਵੀ ਜਿਹੜੇ ਪੰਜਾਬ ਦੇ ਵਿੱਚ ਕਲੀਨ ਫਿਊਲ ਜਿਹੜਾ ਨਾ ਉਹ ਕਿੰਨੇ ਪਰਿਵਾਰ ਵਰਤਦੇ ਪਏ ਆ, ਆਪਸ਼ਨਾਂ ਦਿੱਤੀਆਂ ਹੋਈਆਂ ਸੀ ਕਿੰਨੇ ਪਰਸੈਂਟ ਆ, ਕਿੰਨੇ ਪਰਸੈਂਟ? 2020 ਦਾ ਸੀਗਾ ਸ਼ਾਇਦ। ਠੀਕ ਹੈ ਜੀ, ਪੰਜਾਬ ਜੀਕੇ ਦੇ ਵਿੱਚ ਕੋਈ ਹੈ ਨਾ ਸੱਭਿਆਚਾਰ ਨਾਲ ਰਿਲੇਟਡ ਸਵਾਲ ਆਇਆ ਹੋਵੇ, ਕੋਈ ਲੋਕ ਨਾਚ ਜਾਂ ਵਿਸਾਖੀ ਦੇ ਪੁੱਛਿਆ ਹੋਇਆ ਸੀ, ਵਿਸਾਖੀ ਦੇ ਪੇਪਰ ਇਹਦੇ ਵਿੱਚ ਪੁੱਛਿਆ ਹੋਇਆ ਸੀ ਵਿਸਾਖੀ ਦੇ ਕਿਹੜਾ ਆਪਣਾ ਨਾਚ ਆ? ਠੀਕ ਹੈ, ਸਾਇੰਸ ਦਾ ਕੋਈ ਸਵਾਲ ਆਇਆ ਹੋਵੇ, ਕੋਈ ਡਿਜ਼ੀਜ਼ ਪੁੱਛੀ ਹੋਈ, ਵਿਟਾਮਿਨਸ ਬਾਰੇ ਕੋਈ ਪੁੱਛਿਆ ਗਿਆ ਹੋਵੇ ਸਵਾਲ, ਕੋਈ ਆਇਆ ਹੋਵੇ ਸਾਇੰਸ? ਸਾਇੰਸ ਦਾ ਸੱਚ ਚੇਤਾ ਨਹੀਂ ਕੋਈ ਜੀ। ਠੀਕ ਹੈ, ਹੋਊਗਾ ਸ਼ਾਇਦ। ਠੀਕ ਹੈ, ਕੁਆਂਟ ਦੀ ਗੱਲ ਕਰਦੇ ਹਾਂ ਆਪਾਂ, ਕੁਆਂਟ ਦੇ ਵਿੱਚ ਸਿੰਪਲੀਫਿਕੇਸ਼ਨ ਦੇ ਕਿੰਨੇ ਕੁ ਸਵਾਲ ਸੀ? ਸਿੰਪਲੀਫਿਕੇਸ਼ਨ ਦੇ ਸਰ 4 ਕੁਐਸਚਨ ਆਏ, 4-5 ਲੈਵਲ ਕੀ ਸੀ ਉਹਨਾਂ ਦਾ ਲੈਵਲ? ਅਤੇ 3 ਕੁਐਸਚਨ ਮੈਨੂੰ ਮਤਲਬ ਠੀਕ ਲੱਗੇ, ਇੱਕ ਜਿਹੜਾ ਸੀਗਾ ਉਹ ਥੋੜ੍ਹਾ ਜ਼ਿਆਦਾ ਬੜਾ ਸੀ, ਲੈਂਥੀ ਸੀ, ਉਹ ਅੜ ਗਿਆ ਉਹ। ਠੀਕ ਹੈ, ਪ੍ਰੋਫਿਟ ਐਂਡ ਲੋਸ? ਪ੍ਰੋਫਿਟ ਐਂਡ ਲੋਸ 1 ਆਇਆ ਸੀ। ਟਾਈਮ ਐਂਡ ਵਰਕ? ਟਾਈਮ ਐਂਡ ਵਰਕ ਨਹੀਂ। ਠੀਕ ਹੈ, ਰੇਸ਼ੋ ਐਂਡ ਪ੍ਰਪੋਰਸ਼ਨ? ਐਵਰੇਜ? ਐਵਰੇਜ 'ਚੋਂ ਨਹੀਂ। ਠੀਕ ਹੈ, ਬਾਰ ਗ੍ਰਾਫ ਦਾ ਕੋਈ ਜਿਹੜਾ ਸਵਾਲ ਆਇਆ ਸੀ? ਸਿੰਪਲ ਸੀ, ਸਿੰਪਲ ਸੀ। ਰੀਜ਼ਨਿੰਗ ਕਿੱਦਾਂ ਦੀ ਲੱਗੀ, ਟਾਈਮ ਕੰਜ਼ਿਊਮਿੰਗ? ਰੀਜ਼ਨਿੰਗ ਤਾਂ ਬਿਲਕੁਲ ਸਿੰਪਲ ਸੀ, ਬਿਲਕੁਲ ਸਿੰਪਲ ਸੀ, ਕੋਡਿੰਗ ਤੇ 20 ਦੇ 20 ਕਰਕੇ ਆਏ ਜੀ। ਠੀਕ ਹੈ, ਇੰਗਲਿਸ਼? ਇੰਗਲਿਸ਼ ਹਾਂਜੀ ਸਹੀ ਸੀਗੀ, ਇੰਗਲਿਸ਼ ਦੇ ਵਿੱਚ ਇੱਕ ਪੁੱਛਿਆ ਹੋਇਆ ਸੀਗਾ ਸਟੂਪਿਡਿਟੀ ਦਾ ਐਂਟੋਨਿਮ। ਠੀਕ ਹੈ ਜੀ, ਅਤੇ ਪੈਰਾਗ੍ਰਾਫ ਸੀਗਾ 3 ਕੁਐਸਚਨ ਪੈਰਾਗ੍ਰਾਫ ਤੋਂ ਸੀਗੇ, ਇੱਕ ਵਰਚੁਅਸ, ਵਰਚੁਅਸ ਦਾ ਐਂਟੋਨਿਮ ਪੁੱਛਿਆ ਹੋਇਆ ਸੀਗਾ ਜੀ। ਠੀਕ ਹੈ ਜੀ ਜੀ, ਕੋਈ ਹੈ ਨਾ ਫਰੇਜ਼ਲ ਵਰਬ ਪੁੱਛਿਆ ਗਿਆ ਹੋਵੇ, ਨਾਊਨ ਐਡਵਰਬ, ਇਦਾਂ ਦਾ ਕੋਈ ਫਿਲ ਇਨ ਦੀ ਬਲੈਂਕ? ਫਰੇਜ਼ਲ ਵਰਬ ਤੋਂ 1 ਸੀਗਾ ਜੀ। ਪੈਰਾ ਜੰਬਲ ਦਾ ਕੋਈ ਸਵਾਲ ਆਇਆ ਹੋਵੇ? ਪੈਰਾ ਜੰਬਲ ਦੇ ਜਿਹੜਾ ਪੀਕੇ ਵਗੈਰਾ, ਹਾਂਜੀ ਉਹਦੇ 2 ਕੁਐਸਚਨ ਸੀਗੇ। ਠੀਕ, ਐਰਰ ਫਾਈਂਡ ਆਊਟ? ਐਰਰ ਦੇ ਵੀ 2 ਕੁਐਸਚਨ ਸੀਗੇ। ਠੀਕ ਹੈ, ਪੰਜਾਬੀ ਕਿੱਦਾਂ ਦੀ ਸੀ ਇਹੀ ਪੇਪਰ ਦੇ ਜਿਹੜੇ 10 ਸਵਾਲ ਆਉਂਦੇ ਨੇ? ਪੰਜਾਬੀ ਠੀਕ ਸੀ, ਸਿੰਪਲ ਸੀ, ਪੈਰਾਗ੍ਰਾਫ ਤੋਂ 2-3 ਕੁਐਸਚਨ ਸੀਗੇ ਜੀ, ਅਤੇ ਬਾਕੀ ਅਖਾਣਾਂ ਸੀਗੀਆਂ ਉਹਦੇ ਵਿੱਚੋਂ, ਅਤੇ ਇਹੀ ਕੁਛ ਹੈ ਜੀ। ਅਤੇ ਸ਼ੁੱਧ ਸ਼ੁੱਧ ਜਿਹੜਾ ਪੁੱਛਿਆ ਹੋਇਆ ਸ਼ੁੱਧ? ਠੀਕ ਹੈ, ਕੰਪਿਊਟਰ ਦਾ ਕੋਈ ਸਵਾਲ ਜਦੋਂ ਵੀ? ਕੰਪਿਊਟਰ ਦੇ ਵਿੱਚ ਸਰ ਉਹਨਾਂ ਨੇ ਇੱਕ ਪੁੱਛਿਆ ਸੀਗਾ ਵੀ ਜਿਹੜਾ ਈਮੇਲ ਜਦੋਂ ਅਸੀਂ ਸੈਂਡ ਕਰਦੇ ਹਾਂ ਤਾਂ ਐਰਰ ਨਾ ਹੋਵੇ, ਹੈ ਨਾ ਜੀ, ਸੈਂਡ ਕਰਦੇ ਵੇਲੇ ਤਾਂ ਉਹਦੇ ਲਈ ਮਤਲਬ ਕਿਹੜਾ ਫੀਚਰ ਆ? ਉਹ ਹੁੰਦਾ ਵੀ ਜਦੋਂ ਤੁਸੀਂ ਮਤਲਬ ਕਿਸੇ ਬੰਦੇ ਦਾ ਈਮੇਲ ਐਡਰੈਸ ਭਰਦੇ ਹਾਂ ਤਾਂ ਉਹ ਵੈਰੀਫਾਈ ਹੋ ਜਾਂਦਾ। ਠੀਕ ਹੈ, ਤਾਂ ਇੱਕ ਇਹ ਸੀਗਾ ਜੀ, ਇੱਕ ਪੁੱਛਿਆ ਹੋਇਆ ਸੀਗਾ ਜਿਹੜਾ ਮੈਂਬਰੀ ਮਤਲਬ ਸਟੋਰ ਕਰਨ ਲਈ ਉਹਨੂੰ ਆਪਾਂ ਪਾਰਟਸ ਡਿਵਾਈਡ ਕਰਦੇ ਤਾਂ ਇਸ ਪ੍ਰੋਸੈਸ ਨੂੰ ਕਿਆ ਕਹਿੰਦੇ ਆ? ਸੈਗਮੈਂਟੇਸ਼ਨ? ਠੀਕ ਹੈ, ਕੋਈ ਹੈ ਨਾ ਐਪਾਂ 'ਚੋਂ ਹੈਲਪ ਦੀ ਸ਼ਾਰਟਕੱਟ ਵੀ ਪੁੱਛੀ ਹੋਈ ਸੀਗੀ MS ਵਰਡ ਐਕਸਲ ਦੇ ਵਿੱਚ। ਠੀਕ ਹੈ, ਕੋਈ ਹੋਰ ਪਾਵਰ ਪੁਆਇੰਟ ਤੋਂ ਸਵਾਲ ਆਇਆ ਹੋਵੇ, ਆਪਰੇਟਿੰਗ ਸਿਸਟਮ 'ਚੋਂ ਜਾਂ ਨੈਟਵਰਕ? ਪਾਵਰ ਪੁਆਇੰਟ ਦੇ ਵਿੱਚ ਪੁੱਛਿਆ ਹੋਇਆ ਸੀਗਾ ਵੀ ਕਿਹੜਾ ਵਿਊ ਆ ਜਿਹਦੇ ਵਿੱਚ ਤੁਸੀਂ ਮਤਲਬ ਸਲਾਈਡਸ ਚੱਲ ਪੈਂਦੀਆਂ, ਸਲਾਈਡ ਸ਼ੋ ਵਿਊ? ਠੀਕ ਹੈ, ਮੈਮਰੀ ਹੈਰਾਰਕੀ ਤੁਸੀਂ ਦੱਸਤਾ, ਕੋਈ ਆਪਰੇਟਿੰਗ ਸਿਸਟਮ 'ਚੋਂ ਸਵਾਲ ਆਇਆ ਹੋਵੇ, ਸਰਚ ਇੰਜਨ ਜਾਂ ਨੈਟਵਰਕ 'ਚੋਂ ਕੋਈ ਸਵਾਲ ਆਇਆ? ਸਰ ਮਤਲਬ ਸੋਫਟਵੇਅਰ 'ਚੋਂ 1 ਸੀਗਾ ਕੁਐਸਚਨ, ਮੈਂ ਕਰ ਆਇਆ ਪਰ ਉਹ ਚੇਤਾ ਨਹੀਂ। ਠੀਕ ਹੈ, ਠੀਕ ਹੈ, ਸ਼ੁਕਰੀਆ ਬਾਈ ਤੁਹਾਡਾ ਬਹੁਤ ਬਹੁਤ, ਤੁਸੀਂ ਬਹੁਤ ਡਿਟੇਲ ਦੇ ਵਿੱਚ ਦੱਸਿਆ। ਠੀਕ ਹੈ ਜੀ, ਓਕੇ ਬਾਈ। ਹਾਂਜੀ, ਸਟੂਡੈਂਟ ਦੇ ਰਿਵਿਊ ਨੇ ਜਿਹੜੇ ਤੁਸੀਂ ਨੇ ਸੁਣੀ ਲਏ ਨੇ, ਪੇਪਰ ਦਾ ਲੈਵਲ ਆ ਜਿਹੜਾ ਉਹ ਸੇਮ ਆ ਰਿਹਾ ਐਜ਼ ਇਟ ਇਜ਼, ਜਿਹੜਾ ਹੁਣ ਤੱਕ ਜਿੰਨੀਆਂ ਸ਼ਿਫਟਾਂ ਦੇ ਵਿੱਚ ਆਇਆ, ਪੋਲਿਟੀ ਦਾ ਵੀ ਹੈ ਨਾ, ਪੰਜਾਬ ਜੀ ਕੇ ਵੀ, ਕਰੰਟ ਅਫੇਅਰ ਵੀ,
ਇਸ ਸ਼ਿਫਟ ਦੇ ਵਿੱਚ ਪਤਾ ਨਹੀਂ ਸਾਨੂੰ ਤਿਆਰੀ ਵਾਲੇ ਬੰਦੇ ਮਿਲੇ, ਉਹ ਕਹਿੰਦੇ ਹੈ ਨਾ ਮੌਕ ਟੈਸਟ ਵਗੈਰਾ ਲਾਏ ਹੋਏ ਸੀ, ਰੀਜ਼ਨਿੰਗ ਦਾ ਅਤੇ ਕੁਆਂਟ ਦਾ ਲੈਵਲ ਸੀ ਜਿਹੜਾ ਉਹ ਈਜ਼ੀ ਸੀਗਾ ਬਿਲਕੁਲ, ਬਾਕੀ ਕੰਪਿਊਟਰ ਦੇ ਉਹੀ ਸਵਾਲ ਜਿਹੜੇ 5 ਈਮੇਲ ਦੇ ਵਿੱਚੋਂ ਆਇਆ, ਸ਼ਾਰਟਕਿਟ ਕੀ ਪੁੱਛੀਆਂ ਗਈਆਂ, ਇੰਗਲਿਸ਼ ਪੰਜਾਬੀ ਦਾ ਲੈਵਲ ਵੀ ਸੀਗਾ ਜਿਹੜਾ ਸੇਮ ਸੀਗਾ। ਜਿਹੜੇ ਸਟੂਡੈਂਟ ਹੁਣ ਹੋਰ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਅਲੱਗ ਸਬ ਇੰਸਪੈਕਟਰ ਹੋ ਗਿਆ, ਹੈੱਡ ਕਾਂਸਟੇਬਲ ਹੋ ਗਿਆ, ਉਹਨਾਂ ਨੂੰ ਚਾਹੀਦਾ ਕਿ ਉਹ ਮੌਕ ਟੈਸਟ ਜ਼ਰੂਰ ਲਾਉਣ। ਬਾਕੀ ਆਪਾਂ ਇਸ ਤਰ੍ਹਾਂ ਦੀਆਂ ਵੀਡੀਓ ਹੈ ਨਾ ਸਾਡੇ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਲਾਈਕ ਕਰ ਸਕਦੇ ਹੋ ਹੈ ਨਾ, ਸ਼ੇਅਰ ਕਰੋ ਵੱਧ ਤੋਂ ਵੱਧ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ।